ਸਸਿਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਲਵੰਤ ਸਿੰਘ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਖਬਰ ਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਪ੍ਰਸਿੱਧ ਸਿਆਸੀ ਮਹਾਰਾ ਡਾਕਟਰ ਭੀਮੇਂਦਰ ਮੌਜੂਦ ਰਹਿਣਗੇ ਜਿਨ੍ਹਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਆਲੇ-ਦੋਲੇ ਜਿਸ ਤਰ੍ਹਾਂ ਦੀਆਂ ਸਿਆਸੀ ਘਟਨਾਵਾਂ ਹੋ ਰਹੀਆਂ ਨੇ ਉਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਮ ਜਨਤਾ ਦੀ ਜ਼ਿੰਦਗੀ ਦੇ ਉੱਤੇ ਕੀ ਪ੍ਰਭਾਵ ਪੈਣ ਜਾ ਰਿਹਾ ਹੈ ਡਾਕਟਰ ਪੀਮੇਂਦਰ ਜੀ ਤੁਹਾਡਾ ਨਿਊਜ਼ ਈਸ਼ੀਆ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਕੁਲਵੰਤ ਸਿੰਘ ਜੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ। ਡਾਕਟਰ ਸਾਹਿਬ ਕੁਝ ਮੁੱਦੇ ਨੇ ਜਿਹੜੇ ਕਿ ਬੜੇ ਅਲਦੋਲੇ ਜਿਹੜਾ ਉਹ ਸਿਆਸੀ ਗਲਿਆਰਿਆਂ ਦੇ ਵਿੱਚ ਸਮਾਜਿਕ ਗਲਿਆਰਿਆਂ ਦੇ ਵਿੱਚ ਤੇ ਆਮ ਜਨਤਾ ਦੇ ਵਿੱਚ ਬੜਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਨ੍ਹਾਂ 'ਚ ਉਹ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਜੀ ਉਹ ਹੈਗਾ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਜਿਹਦੇ ਵਿੱਚ ਜੇਕਰ ਜੰਤਕ ਜਾਇਦਾਦਾਂ ਨੂੰ ਕੋਈ ਨੁਕਸਾਨ ਪਹੁੰਚਾਏਗਾ ਤੇ ਉਹ ਫਿਰ ਉਹਦੀ ਪਰਪਾਈ ਜਿਹੜੀ ਆ ਉਹ ਨੁਕਸਾਨ ਪਹੁੰਚਾਉਣ ਵਾਲਿਆਂ ਕੋਲੋਂ ਹੀ ਵਸੂਲ ਕੀਤੀ ਜਾਏਗੀ। ਕਿਸ ਨਜ਼ਰੀਆ ਨਾਲ ਦੇਖਦੇ ਹੋ ਕਿ ਇਹ ਕਿਸਾਨਾਂ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਇੱਕ ਨੰਬਰ 2 ਦੇ ਉੱਤੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਇਸ ਚੀਜ਼ ਨੂੰ ਕੌਣ ਸਾਬਤ ਕਰੇਗਾ ਕਿ ਜਿਹੜੀ ਭੰਨ ਤੋੜ ਕੀਤੀ ਜਾ ਰਹੀ ਆ ਉਹ ਵਾਕਈ ਹੀ ਅੰਦੋਲਨਕਾਰੀਆਂ ਵੱਲੋਂ ਹੀ ਕੀਤੀ ਜਾ ਰਹੀ ਆ ਜਾਂ ਫਿਰ ਜਿਹੜੀ ਆ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਹੈ। ਕੁਲਵੰਤ ਸਿੰਘ ਜੀ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਪਹਿਲਾ ਉਹ ਪੰਜਾਬ ਚ ਹੋਇਆ ਔਰ ਬਾਅਦ ਦੇ ਵਿੱਚ ਹਰਿਆਣੇ ਦੇ ਵਿੱਚ ਗਿਆ ਤੇ ਹੌਲੀ-ਹੌਲੀ ਯੂਪੀ ਬਿਹਾਰ ਉੱਤਰਾਖੰਡ ਰਾਜਸਥਾਨ ਤੇ ਹੋਰ ਅੱਜ ਦੇ ਆਪਾਂ ਸਮੇਂ ਚ ਗੱਲ ਕਰੀਏ ਤਾਂ ਬੰਗਾਲ ਦੇ ਵਿੱਚ ਚਲਾ ਗਿਆ ਤੁਸੀਂ ਦੇਖਿਆ ਹੋਵੇਗਾ ਕਿ ਲੰਬੇ ਸਮੇਂ ਤੋਂ ਜਿਹੜੀ ਹਰਿਆਣਾ ਗਵਰਨਮੈਂਟ ਹੈ ਉਹ ਆਪਨ ਪਤਾ ਹੈ ਕਿ ਜਜਪੀ ਦੇ ਨਾਲ ਚੱਲ ਰਹੀ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਉਹ ਜਿਹੜਾ ਇਸ ਗੌਰਮੈਂਟ ਦੀ ਜਿਹੜੀ ਸੀਗੀ ਬਹੁਤ ਵੱਡੀ ਮਜ਼ਾ ਪਾਨੂੰਨ ਗੇਰਨ ਦੀ ਕੋਸ਼ਿਸ਼ ਜਿਹੜੀ ਸੀ ਹੋਈ ਹੈ ਔਰ ਉਹਦੇ ਵਿੱਚ ਉਹ ਬਾਲਵਾਲ ਬੱਚੇ ਆ ਜੇ ਆਪਾਂ ਕਹੀਏ ਤੇ ਉਹਦੇ ਵਿੱਚ ਜਦੋਂ ਤੋਂ ਲੋਕਾਂ ਨੂੰ ਪਤਾ ਲੱਗਿਆ ਖਾਸ ਤੌਰ ਤੇ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਭਾਜਪੀ ਔਰ ਜੇਜੇਪੀ ਮਿਲ ਕੇ ਜਿਹੜੇ ਨੇ ਉਹ ਇੱਕ ਕਿਸਾਨਾਂ ਦੇ ਨਾਲ 76 ਰਚ ਰਹੇ ਨੇ ਔਰ ਵੱਡੀ ਗੱਲ ਇਹ ਹੋ ਰਹੀ ਹੈ ਕੁਲਵੰਤ ਸਿੰਘ ਜੀ ਕਿ ਹਰਿਆਣੇ ਦੇ ਵਿੱਚ ਅਸ ਵੇਲੇ ਮੈਨੂੰ ਲੱਗਦਾ ਹੈ ਕਿ ਜਿਹੜੀ ਜਜਪੀ ਦੀ ਗਵਰਨਮੈਂਟ ਹੈ ਜਿਹੜੀ ਜਜਪੀ ਦੀ ਖਾਸ ਤੌਰ ਤੇ ਪਾਰਟੀ ਹੈ ਉਹ ਆਪਣੇ ਤੌਰ ਤੇ ਕਿਸਾਨਾਂ ਦੇ ਨਾਲ ਬਣੀ ਪਾਰਟੀ ਹੈ ਔਰ ਕਿਸਾਨਾਂ ਨੂੰ ਉਹ ਨਾ ਤਾਂ ਛੱਡਣਾ ਵੀ ਨਹੀਂ ਚਾਹੁੰਦੀ ਤੇ ਨਾ ਉਹ ਨਾਲ ਹੁਣ ਅਸ ਵੇਲੇ ਜਾ ਰਹੀ ਹੈ ਤਾਂ ਇਸ ਗੁੱਸੇ ਦੇ ਵਿੱਚ ਆ ਕੇ ਹਰਿਆਣੇ ਦੇ ਜਿਹੜੇ ਲੋਕ ਨੇ ਹਸਤੇ ਹਰਿਆਣੇ ਦੇ ਜਿਹੜੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਇਹਨਾਂ ਦਾ ਬਾਈਕਾਟ ਕੀਤਾ ਹੈ ਇਹਨਾਂ ਨੂੰ ਇਹ ਵੀ ਕਿਹਾ ਹੈ ਕਿ ਜੇ ਕੋਈ ਇਹਨਾਂ ਨੂੰ ਨੁਕਸਾਨ ਚਾਹੇ ਉਹ ਮਤਲਬ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਹੈ ਉਹ ਖੁਦ ਜ਼ਿੰਮੇਵਾਰ ਹੋਣਗੇ ਇਹ ਜਿਹੜੇ ਕਿ ਬੋਰਡ ਲਗਾਏ ਗਏ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੋ ਇਸ ਕਰਕੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਇਹਨਾਂ ਦੇ ਭਾਜੀਪੀ ਦੇ ਖਾਸ ਤੌਰ ਤੇ ਉਹ ਰੱਦ ਹੋਏ ਨੇ ਗਵਰਨਮੈਂਟ ਦੇ ਸੋ ਇਹ ਸਾਰੀ ਸਿਚੁਏਸ਼ਨ ਦਾ ਕਹਿਣ ਦਾ ਮਤਲਬ ਇਹੀ ਹੈ ਕਿ ਹਰਿਆਣਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭਾਜੀਪੀ ਸਰਕਾਰ ਦਾ ਔਰ ਜੇਜੇਪੀ ਸਰਕਾਰ ਦਾ ਜਿਹੜਾ ਹੈਗਾ ਵਿਰੋਧ ਹੋ ਰਿਹਾ ਹੈ ਔਰ ਕਿਸਾਨ ਇਹਨਾਂ ਦੇ ਪ੍ਰਤੀ ਲਗਾਤਾਰ ਗੁੱਸੇ ਦੇ ਵਿੱਚ ਆਪਾਂ ਨੂੰ ਦਿਖਾਈ ਦੇ ਰਹੇ ਨੇ ਔਰ ਲਗਾਤਾਰ ਇਹਨਾਂ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਰਕਾਰ ਜਿਹੜੀ ਹੈ ਕਿ ਖਾਸ ਤੌਰ ਤੇ ਜਜਪੀ ਵਾਲਿਆਂ ਤੇ ਕਿ ਸਰਕਾਰ ਤੋਂ ਵੱਖ ਹੋਣ ਤਾਂ ਕਿ ਉੱਥੇ ਜਿਹੜੀ ਹੈਗੀ ਹੈ ਬੀਜੇਪੀ ਦੀ ਸਰਕਾਰ ਗਿਰੇ ਇਹ ਇਹਦਾ ਬਦਲਾ ਲੈਣ ਦੇ ਲਈ ਬੀਜੇਪੀ ਨੂੰ ਲੱਗਦਾ ਹੈ ਕਿ ਅਸੀਂ ਕਿਸਾਨਾਂ ਦੇ ਉੱਤੇ ਜਿਹੜਾ ਹੈਗਾ ਹੁਣ ਸਿਕੰਜਾ ਕੱਸ ਦਈਏ ਤੇ ਉਸ ਸੋਚ ਦੇ ਵਿੱਚੋਂ ਇਹ ਜਿਹੜਾ ਤੁਸੀਂ ਮਤੇ ਦੀ ਗੱਲ ਕਰ ਰਹੇ ਹੋ ਮਤਾ ਵੀ ਪਾਸ ਕੀਤਾ ਜਾ ਰਿਹਾ ਹੈ ਔਰ ਕਿਸਾਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਨੁਕਸਾਨ ਹੋਏਗਾ ਜਿਵੇਂ ਤੁਸੀਂ ਕਿਹਾ ਕਿ ਉਹਦੀ ਪਰਭਾਈ ਤੁਸੀਂ ਹੀ ਕਰੋਗੇ ਪਰ ਮੈਂ ਇਹ ਕਹਿਣਾ ਚਾਹਣਾ ਕਿ ਬੀਜੇਪੀ ਇਸ ਅੰਦੋਲਨ ਦੀ ਨੇਚਰ ਨੂੰ ਸਮਝ ਨਹੀਂ ਰਹੀ ਇਹ ਅੰਦੋਲਨ ਨਾ ਤਾਂ ਕੱਲੇ ਕਿਸਾਨੀ ਦਾ ਹੈ ਨਾ ਹੀ ਕੱਲੇ ਮਜ਼ਦੂਰਾਂ ਦਾ ਹੈ ਇਹ ਅੰਦੋਲਨ ਨਾ ਕੱਲੇ ਹਰਿਆਣੇ ਦਾ ਹੈ ਨਾ ਕੱਲੇ ਪੰਜਾਬ ਦਾ ਹੈ ਨਾ ਕੱਲੇ ਇਥੋਂ ਤੱਕ ਹਿੰਦੁਸਤਾਨ ਦਾ ਹੈ ਇਹ ਅੰਦੋਲਨ ਇੱਕ ਇੰਟਰਨੈਸ਼ਨਲ ਲੈਵਲ ਦਾ ਅੰਦੋਲਨ ਅੰਦੋਲਨ ਬਣ ਚੁੱਕਿਆ ਹੈ ਸੋ ਇਸ ਕਰਕੇ ਇਹਦੀ ਨੇਚਰ ਨੂੰ ਸਮਝ ਕੇ ਹੀ ਇਦਾਂ ਦੇ ਫੈਸਲੇ ਲੈਣੇ ਚਾਹੀਦੇ ਨੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਨੇ ਜਾਂ ਜਜਪੀ ਸਰਕਾਰ ਨੇ ਜਿਹੜਾ ਮਤਾ ਬਾਸ ਕੀਤਾ ਹੈ ਕਿਸਾਨਾਂ ਦੇ ਖਿਲਾਫ ਇਹ ਇੱਕ ਗਲਤ ਮਤਾ ਹੈ ਇਹਦੀ ਨਖੇਦੀ ਕਰਨੀ ਬਣਦੀ ਹੈ ਔਰ ਇਹਦਾ ਨੁਕਸਾਨ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਹੋਰ ਜੇਜੇਪੀ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਜਿੰਨਾ ਉਹ ਲੋਕਾਂ ਨੂੰ ਦਬਾਉਣਗੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਉੱਤੇ ਪਾਬੰਦੀਆਂ ਲਾਉਣਗੇ ਉਹਨਾਂ ਹੀ ਕਿਸਾਨ ਜਿਹੜਾ ਹੈਗਾ ਹੋਰ ਭੜਕੇਗਾ ਹੋਰ ਉਹਨਾਂ ਦੇ ਖਿਲਾਫ ਜਾਏਗਾ ਔਰ ਇੱਕ ਵਿਦਰੋਹ ਦੀ ਜਿਹੜੀ ਭਾਵਨਾ ਹੈ ਕਿਸਾਨਾਂ ਦੇ ਵਿੱਚ ਖਾਸ ਤੌਰ ਤੇ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲੇਗੀ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਦੇ ਇਦਾਂ ਦੇ ਜਿਹੜੇ ਮਤੇ ਬਾਸ ਕੀਤੇ ਜਾ ਰਹੇ ਨੇ ਇਹ ਇਹ ਬਹੁਤ ਗਲਤ ਨੇ ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਅੰਦੋਲਨ ਨੂੰ ਸਮਝਦੇ ਹੋਏ ਕਿਸਾਨਾਂ ਨਾਲ ਸਗੋਂ ਗੱਲਬਾਤ ਕਰਨੀ ਚਾਹੀਦੀ ਹੈ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਾਹੇ ਭਾਜਪਾ ਦੇ ਲੀਡਰ ਸਾਹਿਬਾਨ ਨੇ ਵੱਡੇ ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਨੇ ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਕਿਸਾਨਾਂ ਨਾਲ ਗੱਲਬਾਤ ਕਰੋ ਔਰ ਇਹਨਾਂ ਦੇ ਮਸਲੇ ਹੱਲ ਕਰੋ ਉਹਨਾਂ ਦੀ ਆਵਾਜ਼ ਸੁਣੀ ਜਾਈਦੀ ਹੈ ਨਾ ਨਾ ਕਿ ਜਿਹੜੇ ਖੱਟਰ ਵਰਗੇ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਉਹ ਇਹਨਾਂ ਦੇ ਉੱਤੇ ਪਾਬੰਦੀਆਂ ਲਾ ਕੇ ਇਸ ਤਰ੍ਹਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਹੁਣ ਨਹੀਂ ਕਰ ਸਕਣਗੇ ਇਹ 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 ਉਹਨਾਂ ਦਾ ਜਿਹੜਾ ਮਤਾ ਹੈ ਇਹ ਅਸਫਲ ਹੋ ਜਾਏਗਾ ਫੇਲ ਹੋ ਜਾਏਗਾ ਜੀ ਇਹ ਤੇ ਵੱਡਾ ਸਵਾਲ ਇੱਥੇ ਪੈਦਾ ਇਹ ਹੁੰਦਾ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਵੱਡੇ ਵੱਡੇ ਅੰਦੋਲਨ ਹੋਏ ਨੇ ਜਾਂ ਫਿਰ ਆਪਾਂ ਦੇਖੀਏ ਬਾਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਾਂ ਉਸ ਵੇਲੇ ਜਿਹੜੇ ਅੰਦੋਲਨ ਜਾਂ ਉਸ ਵੇਲੇ ਜਿਹੜੇ ਮੰਗ ਉੱਠ ਰਹੀ ਸੀ ਉਸ ਵੇਲੇ ਜਿਹੜੇ ਪ੍ਰਦਰਸ਼ਨਕਾਰੀ ਸੀ ਜਾਂ ਉਸ ਵੇਲੇ ਜਿਹੜੇ ਪੀੜਤ ਜੇ ਆਪਾਂ ਮੰਨ ਸਕਦੇ ਆ ਪੀੜਤਾਂ ਦਾ ਜਿਹੜਾ ਸਾਥ ਦੇਣ ਵਾਲੀ ਸੰਗਤ ਸੀਗੀ ਉਹ ਜਿਹੜੀ ਸੰਗਤ ਦੇ ਉੱਤੇ ਜਦੋਂ लाठी चार्ज ਹੋਇਆ ਤਾਂ ਉਸ ਵੇਲੇ ਵੀ ਕੁਝ ਵੀਡੀਓ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਤਸਵੀਰਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਕਿ ਪੁਲਿਸ ਵਾਲੇ ਖੁਦ ਜਿਹੜੇ ਸੀ ਵਾਹਨ ਭੰਨ ਰਹੇ ਸੀ ਅਜਿਹਾ ਹੀ ਦਿੱਲੀ ਦੇ ਵਿੱਚ ਵੀ ਹੋਇਆ ਅਜਿਹਾ ਹੀ ਹਰਿਆਣਾ ਦੇ ਵਿੱਚ ਵੀ ਕਈ ਵਾਰ ਹੋਇਆ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਪੁਲਿਸ ਵਾਲੇ ਖੁਦ ਜਿਹੜੇ ਨੇ ਉਹ ਪੰਨ ਤੋੜ ਕਰਦੇ ਦਿਖਾਈ ਦਿੰਦੇ ਨੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜੇਕਰ ਅਜਿਹਾ ਕਾਨੂੰਨ ਪਾਸ ਹੋ ਕੇ ਅੱਗੇ ਲਾਗੂ ਹੁੰਦਾ ਤਾਂ ਫਿਰ ਇਹ ਕੌਣ ਸਾਬਤ ਕਰੇਗਾ ਕਿ ਇਹ ਪੰਨ ਤੋੜ ਜਿਹੜੀ ਇਹ ਅੰਦੋਲਨਕਾਰੀਆਂ ਨੇ ਕੀਤੀ ਹੈ ਜਾਂ ਪੁਲਿਸ ਨੇ ਕੀਤੀ ਹੈ ਇਹ ਦੇਖੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਐਵੇਂ ਤੁਸੀਂ 26 ਜਨਵਰੀ ਦੀ ਆਪਾਂ ਚਲੋ 26 ਜਨਵਰੀ ਤੇ ਆਈਏ ਕਿ 26 ਜਨਵਰੀ ਨੂੰ ਤੁਸੀਂ ਵੀ ਦੇਖਿਆ ਹੋਵੇਗਾ ਅਸੀਂ ਵੀ ਦੇਖਿਆ ਹੈ ਕਿ ਸ਼ਰਿਆਮ ਪੁਲਿਸ ਵਾਲੇ ਮਤਲਬ ਕਿਸਾਨਾਂ ਦੇ ਉੱਤੇ लाठीचार्ज ਚਲਾ ਰਹੇ ਨੇ ਟਰੈਕਟਰਾਂ ਨੂੰ ਭੰਨ ਰਹੇ ਨੇ ਔਰ ਇੱਥੋਂ ਤੱਕ ਕਿ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਇਹ ਸਾਰਿਆਂ ਨੇ ਦੇਖਿਆ ਹੈ ਠੀਕ ਹੈ ਨਾ ਔਰ ਉਸ ਤੋਂ ਇਲਾਵਾ ਤੁਸੀਂ ਹੁਣ ਤੱਕ ਦਾ ਜਿਹੜਾ ਇਤਿਹਾਸ ਰਿਹਾ ਹੈ ਇਸ ਅੰਦੋਲਨ ਦਾ ਕਿਸਾਨੀ ਅੰਦੋਲਨ ਦਾ ਉਹਨਾਂ ਨੇ ਲਗਾਤਾਰ ਕਿਹਾ ਜਨ ਜਥੇਬੰਦੀਆਂ ਨੇ ਔਰ ਲੀਡਰ ਸਾਹਿਬਾਨ ਨੇ ਕਿਸਾਨਾਂ ਦਿਆਂ ਨੇ ਕਿ ਇਹ ਬਿਲਕੁਲ ਸ਼ਾਂਤੀਪੂਰਵਕ ਜਿਹੜਾ ਹੈਗਾ ਸੰਘਰਸ਼ ਹੈ ਇਹ ਸਾਡੀ ਕੋਈ ਮਨਸ਼ਾ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਿਹੜੀ ਜਾਇਦਾਦ ਹੈ ਜਾਂ ਪ੍ਰਾਈਵੇਟ ਜਾਇਦਾਦ ਹੈ ਉਹਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਹੈ ਸੋ ਇਸ ਕਰਕੇ ਜੇ ਕੋਈ ਨੁਕਸਾਨ ਮੈਨੂੰ ਲੱਗਦਾ ਹੈ ਕਿ ਹੋਏਗਾ ਉਹ ਸਰਕਾਰ ਆਪ ਕਰਵਾਏਗੀ ਔਰ ਜੇ ਜਿਵੇਂ ਤੁਸੀਂ ਕੇ ਇਸ਼ਾਰਾ ਕਰ ਰਹੇ ਹੋ ਕਿ ਪੁਲਿਸ ਜਿਹੜੀ ਹੈਗੀ ਹੈ ਸਰਕਾਰ ਨਾਲ ਮਿਲ ਕੇ ਇਦਾਂ ਦੇ ਕੰਮ ਕਰ ਸਕਦੀ ਹੈ ਕਿਸਾਨਾਂ ਦਾ ਅਜ ਤੱਕ ਨਾ ਤਾਂ ਪਹਿਲਾਂ ਵੀ ਔਰ ਨਾ ਹੁਣ ਔਰ ਨਾ ਹੀ ਫਿਊਚਰ ਦੇ ਵਿੱਚ ਇਦਾਂ ਦੀ ਕੋਈ ਪਲਾਨ ਹੈ ਕਿ ਉਹ ਪੰਨ ਤੋੜ ਕਰਨਗੇ ਜਾਂ ਇਸ ਅੰਦੋਲਨ ਨੂੰ ਅਸ਼ਾਂਤੀ ਪੂਰਵਕ ਬਣਾਉਣ ਦੀ ਕੋਸ਼ਿਸ਼ ਕਰਨਗੇ ਇਦਾਂ ਦਾ ਕੋਈ ਨਹੀਂ ਹੈ ਸ਼ਾਂਤੀ ਪੂਰਵਕ ਪਹਿਲਾਂ ਸੀਗਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਅੱਜ ਵੀ ਹੈ ਸੋ ਇਦਾਂ ਦੇ ਛੜਿਆੰਤਰਾਂ ਦੇ ਨਾਲ ਜੇ ਭਾਜਪੀ ਨੂੰ ਲੱਗਦਾ ਹੈ ਕਿ ਅਸੀਂ ਇਸ ਅੰਦੋਲਨ ਨੂੰ ਖਤਮ ਕਰ ਦਾਂਗੇ ਜਾਂ ਦਬਾ ਲਾਂਗੇ ਇਹ ਹੁਣ ਇਹ ਇਦਾਂ ਦੀਆਂ ਸਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ ਸਗੋਂ ਇਹ ਅੰਦੋਲਨ ਹੋਰ ਵਧੇਗਾ ਹਰਿਆਣਾ ਵਿੱਚ ਵੀ ਵਧੇਗਾ ਔਰ ਬਾਕੀ ਸਟੇਟਾਂ ਦੇ ਵਿੱਚ ਹੁਣ ਤੱਕ ਕਿਉਂਕਿ ਇਲੈਕਸ਼ਨ ਨੇ ਪੰਜ ਸੂਬਿਆਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਅੰਦੋਲਨ ਜਾਏਗਾ ਔਰ ਇੱਕ ਪੂਰੇ ਦਾ ਪੂਰਾ ਹਿੰਦੁਸਤਾਨ ਦੇ ਵਿੱਚ ਇਹ ਵੱਡੀ ਮੂਵਮੈਂਟ ਦੇ ਤੌਰ ਤੇ ਉੱਭਰ ਰਿਹਾ ਹੈ ਇਸ ਵੇਲੇ ਅਨੁਸਾਰ ਦਰਸ਼ਕਾਂ ਦੀ ਜਾਣਕਾਰੀ ਲਈ ਹਿੱਤ ਦੇ ਵਿੱਚ ਦੱਸ ਦਿੱਤਾ ਜਾਵੇ ਕਿ ਇਹ ਗੱਲਾਂ ਕੋਈ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ ਕਿ ਪੁਲਿਸ ਵਾਲੇ ਜਿਹੜੇ ਪੰਨ ਤੋੜ ਕਰਦੇ ਨੇ ਕਿਉਂਕਿ ਤੁਸੀਂ ਯਾਦ ਹੋਏਗਾ ਕਿ ਬੇਦਵੀ ਕਾਂਡ ਤੋਂ ਬਾਅਦ ਜਿਹੜਾ ਉਹ ਗੋਲੀ ਕਾਂਡ ਹੋਇਆ ਉਸ ਤੋਂ ਉਸ ਦੌਰਾਨ ਜਿਹੜਾ ਪੁਲਿਸ ਨੇ ਆਪਣੀ ਗੱਲ ਨੂੰ ਸਾਬਤ ਕਰਨ ਲਈ ਜਿਹੜੀ ਇੱਕ ਜਿਪਸੀ ਦੇ ਉੱਤੇ ਖੁਦ ਫਾਇਰਿੰਗ ਕੀਤੀ ਉਹ ਜਿਹੜੀ ਹੈ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਹੈ ਵੀਡੀਓ ਵੀ ਵਾਇਰਲ ਹੋਈ ਉਹ ਸਾਰਾ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਹੈ ਪੰਨ ਤੋੜ ਹੋਈ ਮਾਰਕੁਟਾਈ ਜਿਹੜੀ ਹੁੰਦੀ ਰਹੀ ਉਕਸਾਇਆ ਗਿਆ ਇਹ ਨੁਕਸਾਨ ਦੀ ਜਿਹੜੀ ਗੱਲਬਾਤ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਪੱਤਰਕਾਰ ਸਵੇਲਨ ਦੇ ਵਿੱਚ ਕੀਤੀ ਹੈ ਹੋਰ ਵੀ ਬਹੁਤ ਸਾਰੇ ਅਜੀਆਂ ਤਸਵੀਰਾਂ ਦਿੱਲੀ ਦੇ ਵਿੱਚ ਵੀ ਸਾਹਮਣੇ ਆਈਆਂ ਨੇ ਜਦੋਂ ਪੁਲਿਸ ਵਾਲੇ ਖੁਦ ਭੰਨ ਤੋੜ ਕਰ ਰਹੇ ਨੇ ਇਹ ਮਾਮਲਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜਾ ਕਰਦਾ ਕਿ ਸਰਕਾਰ ਜੇ ਅਜਿਹੇ ਕਾਨੂੰਨ ਪਾਸ ਕਰਦੀ ਹੈ ਤੇ ਇਹ ਸਾਬਤ ਕੌਣ ਕਰੇਗਾ ਕਿ ਇਹ ਵਾਕਈ ਭੰਨ ਤੋੜ ਜਿਹੜੀ ਹੈ ਇਹ ਪ੍ਰਦਰਸ਼ਨ ਕਰੀਆਂ ਨੇ ਕੀਤੀ ਹੈ ਜਾਂ ਫਿਰ ਇਹ ਪੁਲਿਸ ਵਾਲੇ ਜਾਂ ਸਰਕਾਰੀ ਸ਼ੈਦ ਉਤੇ ਹੋਈ ਹੈ ਚਲੋ ਵੱਧਦੇ ਹਾਂ ਅਗਲੇ ਮੁੱਦੇ ਵੱਲ ਡਾਕਟਰ ਸਾਹਿਬ ਕੀ ਹਰਿਆਣੇ ਦੀ ਗੱਲ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਮਨੋਹਰ لال ਖੱਟਰ ਹੋਣਾ ਨੇ ਜਿਹੜਾ ਉਹ ਕਾਂਗਰਸ ਦੇ ਵਿੱਚ ਦੀ ਜਿਹੜਾ ਇੱਕ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਰਕਾਰ ਨੂੰ ਕਮਜ਼ੋਰ ਸਮਝਣ ਦੀ ਸਰਕਾਰ ਦੀ ਜਿਹੜੀ ਉਹ ਕਮਜ਼ੋਰ ਸਮਝਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸਰਕਾਰ ਦੇ ਜਿਹੜੇ ਇਮਤਿਹਾਨ ਨਾ ਲਿਆ ਜਾਵੇ ਸਰਕਾਰ ਕੁਝ ਵੀ ਕਰ ਸਕਦੀ ਹੈ ਉਹਨਾਂ ਦਾ ਇਹ ਬਿਆਨ ਮੁੱਖ ਮੁੱਖ ਮੰਤਰੀ ਜਿਹੜਾ ਮਨੋਹਰ لال ਖੱਟਰ ਨੇ ਇਹ ਕਿਹਾ ਹੈਗਾ ਨਰਮੀ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ ਤੇ ਇਹ ਕਹਿ ਦਿੱਸਕਦਾ ਕਿ ਆਖਾਂ ਧੀ ਨੂੰ ਸੁਣਾਵਾ ਨੂੰ ਨੂੰ ਜਾਨੀ ਕਿਸਾਨਾਂ ਨੂੰ ਸੁਣਾਇਆ ਜਾ ਰਿਹਾ ਹੈ। ਆ ਕੁਲਵੰਤ ਸਿੰਘ ਜੀ ਦੇਖੋ ਜੀ ਜਿੱਥੋਂ ਤੱਕ ਉਹਨਾਂ ਦੀ ਨਰਮੀ ਦੀ ਗੱਲ ਹੈ। ਨਰਮੀ ਕਿੱਥੇ ਵਰਤੀ ਜਾ ਰਹੀ ਹੈ? ਜਦੋਂ ਆਪਾਂ ਨੂੰ ਪਤਾ ਹੈ ਕਿ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਔਰ ਹਰਿਆਣਾ ਦੇ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਉਹਨਾਂ ਦੇ ਉਹਨਾਂ ਦੇ ਉੱਤੇ ਅਥਰੂ ਗੈਦ ਛੁੱਟੇ ਗਏ। ਉਹਨਾਂ ਦੇ ਮਤਲਬ ਟੋਏ ਕਿਵੇਂ ਪੁੱਟੇ ਗਏ ਸੜਕਾਂ ਦੇ ਉੱਤੇ ਔਰ ਕਿਵੇਂ ਲਾਠੀ ਚਾਰਜ ਕੀਤਾ ਗਿਆ। ਔਰ ਗੈਸ ਦੇ ਜਿਹੜੇ ਹੰਝੂ ਨੇ ਉਹ ਵਹਾਏ ਉਹ ਜਿਹੜੇ ਨੇ ਉਹ ਮਾਰੇ ਗਏ ਮਤਲਬ ਗੋਲੇ ਘਾਰਾਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਜੇ ਆਪਾਂ ਕਹੀਏ ਵੀ ਹਰਿਆਣਾ ਸਰਕਾਰ ਬੜਾ ਉਹਨਾਂ ਦਾ ਮਤਲਬ ਇਹ ਉਹਨਾਂ ਨੂੰ ਮਤਲਬ ਉਹਨਾਂ ਨੂੰ ਨਰਮਾਈ ਵਰਤ ਰਹੀ ਹੈ ਨਹੀਂ ਵਰਤ ਰਹੀ ਨਰਮਾਈ ਇੱਥੋਂ ਤੱਕ ਕਿ ਜਿਹੜੀ ਆਪਾਂ ਕੇਂਦਰ ਸਰਕਾਰ ਦੀ ਜਦੋਂ ਗੱਲ ਕਰਦੇ ਆ ਉਹ ਸੜਕਾਂ ਦੇ ਉੱਤੇ ਕਿਵੇਂ ਕਿੱਲ ਗੱਡੇ ਗਏ ਉਹਨਾਂ ਨੂੰ ਰੋਕਣ ਦੇ ਲਈ ਔਰ ਆਰਐਸਐਸ ਦੇ ਆਪਣੇ ਗੁੰਡੇ ਲਿਆ ਕੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਵਾੜਿਆ ਗਿਆ ਇਹ ਕੀ ਆ ਗਿਆ ਪੁਰਸ ਦੇ ਵਧੀਆਂ ਵਾਰ ਹਾਂ ਬਿਲਕੁਲ ਸੋ ਇਹ ਖੱਟਰ ਸਾਹਿਬ ਜਿਹੜਾ ਕਹਿ ਰਹੇ ਨੇ ਕਿ ਅਸੀਂ ਨਰਮਾਈ ਵਰਤ ਰਿਆ ਨਰਮਾਈ ਦਾ ਖੈਰਾ ਨਾ ਉਹ ਫਾਇਦਾ ਨਾ ਉਠਾਇਆ ਜਾਵੇ ਇਹ ਗਲਤ ਕਹਿ ਰਹੇ ਨੇ ਸਗੋਂ ਦੂਜੇ ਪਾਸੇ ਇਹਦੇ ਤੇ ਸਖਤ ਤੋਂ ਸਖਤ ਜਿਹੜਾ ਹੈਗਾ ਕਦਮ ਚੁੱਕੇ ਜਾ ਰਹੇ ਨੇ ਔਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਂਤੀਪੂਰਵਕ ਸੰਘਰਸ਼ ਕਰਨਾ ਸਾਡੇ ਸੰਵਿਧਾਨ ਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਹੈ ਕਿ ਜੇ ਤੁਸੀਂ ਆਪਣੀ ਆਵਾਜ਼ ਸੁਣਾਉਣ ਦੇ ਲਈ ਸ਼ਾਂਤੀਪੂਰਵਕ ਸੰਘਰਸ਼ ਕਰਦੇ ਹੋ ਤਾਂ ਉਹ ਸੁਪਰੀਮ ਕੋਰਟ ਵੀ ਇਹ ਗੱਲ ਕਹਿ ਰਹੀ ਹੈ ਕਿ ਇਹ ਜਾਇਜ਼ ਹੈ ਔਰ ਇਸ ਸ਼ਾਂਤੀਪੂਰਵਕ ਸੰਘਰਸ਼ ਨੂੰ ਜੇ ਖੱਟਰ ਸਾਹਿਬ ਇਦਾਂ ਆਪਣੀ ਸਰਕਾਰੀ ਤਾਂ ਤਾਕਤ ਦੇ ਨਾਲ ਸਰਕਾਰੀ ਸੱਤਾ ਦੇ ਨਾਲ ਉਹਨਾਂ ਕਿਸਾਨਾਂ ਨੂੰ ਗਰੀਬ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਆਖਿਰ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਖੱਟਰ ਸਾਹਿਬ ਜਿਹੜੇ ਇਹ ਕਹਿ ਰਹੇ ਨੇ ਕਿ ਮੈਂ ਨਰਮਾਈ ਵਰਤ ਰਿਆਂ ਇਹ ਨਰਮਾਈ ਨਹੀਂ ਵਰਤ ਰਿਆਂ ਸਗੋਂ ਨਰਮਾਈ ਦੇ ਮਖੌਟਾ ਪਾ ਕੇ ਉਹ ਇਹਨੂੰ ਇਹਦੇ ਉੱਤੇ ਸ਼ਕਤੀ ਹੋਰ ਕਰਨਾ ਚਾਹੁੰਦੇ ਨੇ ਤੇ ਲੋਕਾਂ ਦੇ ਉੱਤੇ ਕੇਸ ਬਣਾ ਕੇ ਉਹਨਾਂ ਨੂੰ ਜੇਲਾਂ 'ਚ ਡੱਕਣਾ ਚਾਹੁੰਦੇ ਨੇ ਔਰ ਕਿਸਾਨ ਜਿਹੜੇ ਨੇ ਮਜ਼ਦੂਰ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਮੰਗਾਂ ਜਾਇਜ਼ ਮੰਗਾਂ ਜਿਹੜੀਆਂ ਨੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਬੜੇ ਲੰਬੇ ਸਵੇ ਤੋਂ ਔਰ ਆਪਾਂ ਨੂੰ ਪਤਾ ਹੈ ਕੁਲਵੰਤ ਸਿੰਘ ਜੀ ਕਿ ਲਗਾਤਾਰ ਜਿਹੜੇ ਕਿਸਾਨ ਨੇ ਉਹ ਚਾਹੇ ਪੰਜਾਬ ਦੇ ਬਾਰਡਰ ਹੋਣ ਚਾਹੇ ਹਰਿਆਣੇ ਦੇ ਬਾਰਡਰ ਹੋਣ ਜਾਂ ਹੋਰ ਦਿੱਲੀ ਦੇ ਨਾਲ ਲੱਗਦੇ ਸਟੇਟਸ ਦੇ ਬਾਰਡਰ ਹੋਣ ਉਹ ਉਹ ਵਿਚਾਰੇ ਚਾਹੇ ਪਹਿਲਾਂ ਠੰਡ ਵਿੱਚ ਸੀ ਹੁਣ ਉਹ ਗਰਮੀ ਦੇ ਵਿੱਚ ਭੱਖ ਦੀ ਮਤਲਬ ਅੱਗੇ ਕਿੰਨੀ ਗਰਮੀ ਪੈਣੀ ਆਪਾਂ ਨੂੰ ਪਤਾ ਹੈ ਸੋ ਇਸ ਕਰਕੇ ਉਹ ਉੱਥੇ ਬੈਠੇ ਨੇ ਬਜਾਏ ਉਹਨਾਂ ਨਾਲ ਸਿੰਪਤੀ ਕਰਨ ਦੇ ਉਹਨਾਂ ਨਾਲ ਕੋਈ ਸੰਵੇਦਨਸ਼ੀਲ ਹੋਣ ਤੇ ਖੱਟਰ ਸਾਹਿਬ ਜਿਹੜੇ ਆਪਣੇ ਹੁਕਮਦਾਗ ਰਹੇ ਨੇ ਇਹ ਉਹਨਾਂ ਦੀ ਗੈਰ ਮਨੁੱਖਤਾ ਜਿਹੜੀ ਹੈਗੀ ਹੈ ਉਹ ਮੈਨੂੰ ਲੱਗਦਾ ਹੈ ਉਹਨਾਂ ਦੇ ਸੋਚ ਦੀ ਜਿਹੜੀ ਭਾਪੀ ਦੀ ਸੋਚ ਹੈ ਗੈਰ ਮਨੁੱਖੀ ਢੰਗ ਨਾਲ ਇਦਾਂ ਦੇ ਸੰਘਰਸ਼ਾਂ ਨੂੰ ਦਬਾਉਣ ਦੀ ਉਹੀ ਸੋਚ ਚੱਲ ਰਹੀ ਹੈ ਇਹਦੇ ਵਿੱਚ ਹੋਰ ਕੁਝ ਨਜ਼ਰ ਨਹੀਂ ਆ ਰਿਹਾ ਇਸੇ ਕਰਕੇ ਜਿਹੜਾ ਕਿਸਾਨ ਜ਼ਿਆਦਾ ਗੁੱਸੇ 'ਚ ਆ ਗਏ ਨੇ ਤੇ ਉਚਾਣਾ ਪਿੰਡ ਦੇ ਵਿੱਚ ਹਰਿਆਣਾ ਇਹਦੇ ਵਿੱਚ ਉਚਾਣਾ ਦੇ ਅੰਦਰ ਜਿਹੜਾ ਉਹ ਉਪ ਮੁੱਖ ਮੰਤਰੀ ਜਿਹੜੇ ਦੁਸ਼ਾਂਚ ਚੋਟਾਲਾ ਨੇ ਉਹਨਾਂ ਦਾ ਦਫ਼ਤਰ ਵੀ ਜਿਹੜਾ ਉਹ ਤਾਲਾ ਝੜ ਦਿੱਤਾ ਗਿਆ ਬੜਾ ਰੋਲਾ ਪਿਆ ਉਸ ਚੀਜ਼ ਦਾ ਵੀ ਮੈਂ ਇਹੀ ਕਹਿ ਰਿਹਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਕਤੀ ਨਾਲ ਦਬਾਉਣ ਦੀ ਕੋਸ਼ਿਸ਼ ਕਰੋਗੇ ਕਿਸੇ ਨੂੰ ਵੀ ਚਾਹੇ ਉਹ ਬੱਚਾ ਵੀ ਹੈ ਆਪਣੇ ਬੱਚੇ ਬੱਚੇ ਨੇ ਜਦੋਂ ਅਸੀਂ ਬੱਚੇ ਨੂੰ ਵੀ ਕਵਾਂਗੇ ਕਿ ਤੂੰ ਇੱਧਰ ਨਹੀਂ ਜਾਣਾ ਤੈਨੂੰ ਅਸੀਂ ਸਖਤੀ ਕਰ ਦਾਂਗੇ ਤੇਰੇ ਤੇ ਪਾਬੰਦੀਆਂ ਲੱਗਣਗੀਆਂ ਤਾਂ ਬੱਚਾ ਵੀ ਕੋਈ ਨਾ ਕੋਈ ਪ੍ਰਤੀਕਰਮ ਕਰੇਗਾ ਰਿਐਕਟ ਕਰੇਗਾ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਸਖਤਾਈ ਹੋ ਰਹੀ ਹੈ ਔਰ ਹਰਿਆਣਾ ਸਰਕਾਰ ਦੀ ਤ्यों ਤ्यों ਜਿਹੜੇ ਨੇ ਜਿਹੜੇ ਨੇ ਸਾਡੇ ਕਿਸਾਨ ਜਿਹੜੇ ਨੇ ਉਹ ਆਪਣਾ ਪ੍ਰਤੀਕਰਮ ਦਿਖਾ ਰਹੇ ਨੇ ਔਰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਉਹ ਇੱਕ ਪ੍ਰੋਟੈਸਟ ਜਿਹੜਾ ਹੈਗਾ ਉਹ ਕਰ ਰਹੇ ਨੇ ਔਰ ਉਹਨਾਂ ਦੀ ਜਦੋਂ ਆਵਾਜ਼ ਨਹੀਂ ਸੁਣੀ ਜਾ ਰਹੀ ਤਾਂ ਉਹਨਾਂ ਦੀ ਮਜਬੂਰੀ ਹੈ ਕਿਸਾਨਾਂ ਦੀ ਕਿ ਉਹ ਇਹਨਾਂ ਨੂੰ ਦੁਸ਼ਯੰਤ ਜੀ ਦੇ ਜਾਂ ਹੋਰ ਜਿਹੜੇ ਵੱਡੇ ਲੀਡਰ ਨੇ ਬੀਜੇਪੀ ਦੇ ਹਰਿਆਣੇ ਦੇ ਵਿੱਚ ਉਹਨਾਂ ਦੇ ਚਾਹੇ ਉਹ ਘਰ ਘੇਰਨੇ ਹੋਣ ਜਾਂ ਦਫ਼ਤਰ ਘੇਰਨੇ ਹੋਣ ਜਾਂ ਉਹਨਾਂ ਦੇ ਪ੍ਰੋਗਰਾਮ ਜਿਹੜੇ ਨੇ ਉੱਥੇ ਉਹਨਾਂ ਨੂੰ ਕਾਲੀਆਂ ਚੰਡੀਆਂ ਦਿਖਾਉਣੇ ਹੋਣ ਇਹ ਲਗਾਤਾਰ ਉਸ ਪ੍ਰਤੀਕਰਮ ਦੇ ਵਿੱਚੋਂ ਜਿਹੜੀ ਹੈਗੀ ਆ ਸਿਚੁਏਸ਼ਨ ਜਾਂ ਜਿਹੜੀ ਸਥਿਤੀ ਹੈ ਉਹ ਬਣ ਰਹੀ ਹੈ ਇਸ ਕਰਕੇ ਇੱਕ ਨਾਰਮਲ ਸਥਿਤੀ ਆ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਖੱਟੜ ਸਰਕਾਰ ਨੂੰ ਔਰ ਜੀ ਜੀ ਪੀ ਵਾਲਿਆਂ ਨੂੰ ਕਿ ਹੁਣ ਜਿਹੜੇ ਨੇ ਜਿਨ੍ਹਾਂ ਦੀਆਂ ਤੁਸੀਂ ਵੋਟਾਂ ਲੈ ਕੇ ਸਰਕਾਰ ਚਾਏ ਹੋ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਤੁਸੀਂ ਮੁੱਖ ਮੰਤਰੀ ਬਣਿਓ ਉਪ ਮੁੱਖ ਮੰਤਰੀ ਬਣਿਓ ਔਰ ਮੰਤਰੀ ਬਣਿਓ ਉਹਨਾਂ ਨੂੰ ਹੀ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਇਹ ਗਲਤ ਨੇ ਇਹ ਇਹ ਮਤਲਬ ਗਲਤ ਤਰ੍ਹਾਂ ਨਾਲ ਜਿਹੜੇ ਨੇ ਸੰਘਰਸ਼ ਕਰ ਰਹੇ ਨੇ ਇਹ ਗਲਤ ਗੱਲ ਹੈ ਇਹ ਲੋਕਤੰਤਰ ਦੇ ਵਿੱਚ ਇਦਾਂ ਮਤਲਬ ਚੱਲਣਾ ਲੰਮਾ ਸਮਾਂ ਨਹੀਂ ਚੱਲ ਸਕਦਾ ਲੋਕ ਜਿਹੜੇ ਨੇ ਲੋਕ ਵੱਡੀ ਤਾਕਤ ਹੁੰਦੇ ਨੇ ਔਰ ਲੋਕਾਂ ਦਾ ਇੱਕ ਜਿਹੜਾ ਹੈਗਾ ਗੁੱਸੇ ਨੂੰ ਸਮਝ ਕੇ ਉਹਦਾ ਹੱਲ ਕਰਨਾ ਜਿਹੜਾ ਹੈਗਾ ਗਵਰਨਮੈਂਟ ਦਾ ਇਹ ਇੱਕ ਮਕਸਦ ਹੁੰਦਾ ਔਰ ਇਸ ਕਰਕੇ ਇਸ ਮਕਸਦ ਨੂੰ ਹਰਿਆਣਾ ਗਵਰਨਮੈਂਟ ਸਮਝੇ ਔਰ ਆਪਣੀ ਫਰਜ਼ ਨੂੰ ਪਛਾਣੇ ਔਰ ਕਿਸਾਨਾਂ ਨਾਲ ਗੱਲਬਾਤ ਕਰੇ ਕਿਸਾਨੀ ਸੰਘਰਸ਼ ਦੇ ਦੌਰਾਨ ਜਿੱਥੇ ਪੰਜਾਬ ਦੇ ਵੀ ਕੁਝ ਲੋਕਾਂ ਨੂੰ ਇਹਦਾ ਖਮਿਆਜਾ ਭੁਗਤਣਾ ਪਿਆ ਆੜਤੀ ਭਾਈਚਾਰੇ ਨੂੰ ਖਮਿਆਜਾ ਭੁਗਤਣਾ ਪਿਆ ਪੱਤਰਕਾਰ ਭਾਈਚਾਰੇ ਨੂੰ ਖਮਿਆਜਾ ਭੁਗਤਣਾ ਪਿਆ ਇੱਥੇ ਸੁਖਪਾਲ ਸਿੰਘ ਖੇੜਾ ਉਹਨਾਂ ਵੀ ਜਿਹੜਾ ਉਹਨਾਂ ਨੇ ਘੇਰੇ ਚ ਲੈ ਲਏ ਨੇ ਈਡੀ ਨੇ ਛਾਪੇ ਪੇਸੀ ਪਿਛਲੇ ਸਮੇਂ ਦੇ ਦੌਰਾਨ ਭਾਵੇਂ ਕਿ ਅ ਦਸੋਪਾਲ ਖਹਿਰਾ ਹੋਣਾ ਨੇ ਵੀ ਉਹਦੀ ਜਿਹੜੀ ਕੰਪਲੇਂਟ ਕੀਤੀ ਐ ਐਸਐਸਪੀ ਕਪੂਰਥਲਾ ਨੂੰ ਤੇ ਇੱਕ ਜਗ੍ਹਾ ਹੋਰ ਕਿ ਮੇਰੇ ਜਿਹੜਾ ਇਹਨਾਂ ਨੇ ਛਾਪਾ ਮਾਰੀ ਦੇ ਦੌਰਾਨ ਕੋਵਿਡ ਦੇ ਰੂਲਸ ਐਂਡ ਰੈਗੂਲੇਸ਼ਨਸ ਦੀ ਜਿਹੜੀ ਐ ਇਹਨਾਂ ਨੇ ਉਲੰਘਣਾ ਕੀਤੀ ਐ ਤੇ ਮੇਰਾ ਇੱਕ ਸੁਰੱਖਿਆ ਗਾਰਡ ਜਿਹੜਾ ਉਹਨੂੰ ਕਰੋਨਾ ਹੋ ਗਿਆ ਪਰ ਇਹਦੇ ਬਾਵਜੂਦ ਵੀ ਅ ਦਿੱਲੀ ਵਿਸਦਲਾ ਈਡੀ ਨੇ ਜਦਕਿ ਵਿਧਾਨ ਸਭਾ ਦੇ ਵਿੱਚ ਵੀ ਮਤਾ ਜਿਹੜਾ ਇਹਦੇ ਵਿਰੁੱਧ ਪਾਸ ਹੋਇਆ ਸੀ ਕੀ ਲੱਗਦਾ ਕਿ ਇਹ ਉਸ ਗੱਲ ਦਾ ਖਮਿਆਜਾ ਭੁਗਤ ਰੇ ਨੇ ਸੁਪਾਲਕਰ ਜਿਹੜੇ ਇਹਨਾਂ ਨੇ 26 ਜਨਵਰੀ ਦੇ ਦੌਰਾਨ ਜਿਹੜਾ ਜਿਹੜੇ ਲੋਕ ਉੱਥੇ ਉਹਨਾਂ ਨੇ ਗ੍ਰਫਤਾਰ ਕੀਤੇ ਸੀ ਜਾਂ ਦੀਪ ਸਿੱਧੂ ਜਾਂ ਹੋਰ ਜਿਹੜੇ ਇਹਨਾਂ ਦੇ ਲਈ ਜਿਹੜੇ ਖਾਲਸਾ ਏਡ ਦੇ ਜਿਹੜੇ ਬਾਨੀ ਨੇ ਰਵੀ ਸਿੰਘ ਉਹਨਾਂ ਨਾਲ ਜਿਹੜੀ ਮੀਟਿੰਗ ਕੀਤੀ ਸੀ ਇਹਨਾਂ ਨੇ ਕਿ ਅਸੀਂ ਇਹਨਾਂ ਦੇ ਪੈਰ ਵੀ ਕਰਾਂਗੇ ਉਸ ਗੱਲ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਇਹਨਾਂ ਨੂੰ ਸੁਪਾਲਕਰ ਉਹਨਾਂ ਨੂੰ ਕੁਲਵੰਤ ਸਿੰਘ ਜੀ ਜਦੋਂ ਵੀ ਕੋਈ ਸਰਕਾਰਾਂ ਦੇ ਖਿਲਾਫ ਇਦਾਂ ਦੀ ਆਵਾਜ਼ ਬੁਲੰਦ ਕਰਦਾ ਹੈ ਕੋਈ ਵੀ ਔਰ ਮੈਂ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਖਾਸ ਤੌਰ ਤੇ ਜਦੋਂ ਤੋਂ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਆਈ ਹੈ ਤਾਂ ਉਹ ਆਪਣੇ ਜਿਹੜੀ ਸੱਤਾ ਹੈ ਉਹਨੂੰ ਔਰ ਉਹਦਾ ਕੇਂਦਰੀਕਰਨ ਕਰਨ ਦੇ ਵਿੱਚ ਬਹੁਤ ਵੱਡੀ ਜਿਹੜੀ ਹੈਗੀ ਭੂਮਿਕਾ ਨਿਭਾਈ ਹੈ ਖਾਸ ਤੌਰ ਤੇ ਜਿਹੜੇ ਰਾਜਾਂ ਦੇ ਅਧਿਕਾਰ ਨੇ ਉਹਨਾਂ ਦੇ ਉੱਤੇ ਡਾਕਾ ਮਾਰਨਾ ਔਰ ਖਾਸ ਤੌਰ ਤੇ ਜਿਹੜੀ ਖੇਤੀ ਦਾ ਜਿਹੜਾ ਸਿਸਟਮ ਹੈ ਜਾਂ ਖੇਤੀ ਦਾ ਜਿਹੜਾ ਕੰਮ ਹੈ ਉਹ ਸਟੇਟ ਦਾ ਹੁੰਦਾ ਹੈ ਖੇਤੀ ਬਾਰੇ ਜੋ ਵੀ ਕਾਨੂੰਨ ਪਾਸ ਕਰਨੇ ਆਉਂਦੇ ਆ ਉਹ ਸਟੇਟ ਨੇ ਕਰਨੇ ਹੁੰਦੇ ਆ ਨਾ ਕਿ ਸੈਂਟਰ ਨੇ ਸੋ ਇਸ ਕਰਕੇ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਉਹ ਆਪਣੀਆਂ ਸ਼ਕਤੀਆਂ ਨੂੰ ਸੈਂਟਰਲਾਈਜ਼ ਕਰ ਰਹੀ ਹੈ ਕੇਂਦਰੀਕਰਨ ਕਰ ਰਹੀ ਹੈ ਉਹਦੇ ਕਰਕੇ ਕੀ ਹੋ ਰਿਹਾ ਕਿ ਇਹ ਸਾਰੀਆਂ ਜਿੰਨੀਆਂ ਏਜੰਸੀਆਂ ਨੇ ਚਾਹੇ ਐਡੀ ਹੋਵੇ ਜਾਂ ਹੋਰ ਜਿਹੜੀਆਂ ਵੱਡੀਆਂ ਏਜੰਸੀਆਂ ਨੇ ਉਹ ਕੰਟਰੋਲ ਉਹਨਾਂ ਦਾ ਸਾਰਾ ਕੇਂਦਰ ਕਰ ਰਹੀ ਹੈ ਔਰ ਉਹ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ ਨੇ ਸੋ ਲਗਾਤਾਰ ਤੁਸੀਂ ਦੇਖਿਆ ਹੋਵੇਗਾ ਕਿ ਕੇਂਦਰ ਜਿਹੜੀ ਹੈਗੀ ਹੈ ਉਹ ਆਪਣੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਜਿਹੜਾ ਵੀ ਉਹਨੂੰ ਲੱਗਦਾ ਹੈ ਕਿ ਲੀਡਰ ਚਾਹੇ ਉਹ ਪੰਜਾਬ ਦੇ ਹੋਣ ਜਾਂ ਹਰਿਆਣਾ ਦੇ ਹੋਣ ਜਾਂ ਕਿਤੇ ਹੋਰ ਵੱਖ-ਵੱਖ ਸਟੇਟਾਂ ਦੇ ਹੋਣ ਉਹਨਾਂ ਦੇ ਉੱਤੇ ਇਦਾਂ ਦਾ ਪ੍ਰੈਸ਼ਰ ਬਣਾ ਕੇ ਉਹ ਕੋਸ਼ਿਸ਼ ਕਰਦੀ ਹੈ ਕਿ ਉਹਨਾਂ ਦੇ ਵਿਰੁੱਧ ਜਿਹੜੀਆਂ ਆਵਾਜ਼ਾਂ ਉਠਾਈਆਂ ਜਾਂਦੀਆਂ ਨੇ ਉਹਨਾਂ ਨੂੰ ਦਬਾਇਆ ਜਾਏ ਸੋ ਉਹੀ ਗੱਲ ਖੈਰਾ ਸਾਹਿਬ ਨਾਲ ਹੋਈ ਹੈ ਖੈਰਾ ਸਾਹਿਬ ਨੂੰ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਵਾਜ਼ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਜਿਹੜੇ ਉੱਥੇ 26 ਜਨਵਰੀ ਵਾਲੇ ਦਿਨ ਜੋ ਘਟਨਾਵਾਂ ਵਾਪਰੀਆਂ ਉਹਦੇ ਵਿਰੁੱਧ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕੇਂਦਰ ਦੇ ਖਿਲਾਫ ਸੋ ਉਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਇਸ ਕਰਕੇ ਇਹਦੇ ਵਿੱਚੋਂ ਕੀ ਨਿਕਲੇਗਾ ਕੀ ਨਹੀਂ ਨਿਕਲੇਗਾ ਇਹ ਤਾਂ ਮੈਂ ਕਹਿ ਨਹੀਂ ਸਕਦਾ ਬਟ ਕੋਸ਼ਿਸ਼ ਕੇਂਦਰ ਸਰਕਾਰ ਦੀ ਜ਼ਰੂਰ ਹੈ ਕਿ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਜਿਹੜਾ ਹੈਗਾ ਸਟੇਟਾਂ ਨੂੰ ਦਬਾਇਆ ਜਾਏ ਤੇ ਉੱਥੋਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਦਬਾ ਦਿੱਤਾ ਜਾਏ ਇਦਾਂ ਦੇ ਜਿਹੜੇ ਹੈਗੇ ਨੇ ਲੋਕਾਂ ਦੇ ਵਿੱਚ ਇੱਕ ਪਰਮਪਲੇਖੇ ਪਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਜਿੱਥੇ ਪਹਿਲਾਂ ਕੁਝ ਲੀਰਾਂ ਲੈ ਗਈਆਂ ਨੇ ਉਹਦੇ ਨਾਲੋਂ ਜੀ ਤੇ ਹੁਣ ਜਿਹੜਾ ਇੱਕ ਰੌਲਾ ਹੋਰ ਪੈ ਗਿਆ ਖੇਮ ਕਰਨ ਸੀਟ ਨੂੰ ਲੈ ਕੇ ਆਦੇਸ਼ ਪ੍ਰਤਾਪ ਸਿੰਘ ਕਹਿੰਦੇ ਜਿਹੜਾ ਪਰਿਵਾਰ ਹੈ ਉਹਨਾਂ ਦੀ ਪਤਨੀ ਭਾਵੇਂ ਕਿ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਵਾਈ ਨੇ ਪਤਨੀ ਜਿਹੜੀ ਉਹਨਾਂ ਦੀ ਪ੍ਰਕਾਸ਼ ਸਿੰਘ ਉਹਨਾਂ ਦੇ ਬਾਦਲ ਉਹਨਾਂ ਦੀ ਲੜਕੀ ਹੈ ਸੀਟ ਜਿਹੜੀ ਹੈ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਸੀ ਖੇਮ ਕਰਨ ਤੋਂ ਟਿਕਟ ਮਿਲਣ ਦੀ ਸੰਭਾਵਨਾ ਸੀ ਬੜੇ ਜੋਰਾ ਸ਼ੋਰ ਨਾਲ ਲੱਗੇ ਵੀ ਪਈ ਸੀ ਪ੍ਰਚਾਰਕੰਤੇ ਪਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਤਾਂ ਆਪਣੇ ਪਰਿਵਾਰ ਨੂੰ ਵੀ ਲੰਬੇ ਕਰ ਦਿੱਤਾ ਕਿਹਾ ਜਾਂ ਗਿਆ ਕਿ ਆਪਣੇ ਪਰਿਵਾਰ ਨੂੰ ਵੀ ਲੰਬੇ ਕਰਤਾ ਤੇ ਟਿਕਟ ਜਿਹੜੀ ਹੈ ਉਹ ਵਿਰਸਾ ਸਿੰਘ ਵਲਟੋਹਾ ਉਹਨਾਂ ਨੇ ਦਿੱਤੀ ਹੈ ਕੀ ਲੱਗਦਾ ਕਿ ਇੱਕ ਲੀਰ ਹੋਣ ਲੈਣ ਵਾਲਿਆਂ ਨਾਲੋਂ ਦੇਖੋ ਜਿੱਥੋਂ ਤੱਕ ਅਕਾਲੀ ਦਲ ਬਾਦਲ ਦਾ ਸਬੰਧ ਹੈ ਲਗਭਗ 100 ਸਾਲ ਇਸ ਪਾਰਟੀ ਨੂੰ ਬਣਿਆ ਹੋ ਗਿਆ ਔਰ ਇਹਨੇ ਬਹੁਤ ਸਾਰੇ ਉਤਰਾ ਚੜਾ ਦੇਖੇ ਨੇ ਔਰ ਪਿਛਲੇ ਖਾਸ ਤੌਰ ਤੇ 4-5 ਸਾਲਾਂ ਦੇ ਵਿੱਚ ਤਾਂ ਖਾਸ ਤੌਰ ਤੇ ਜਿਹੜਾ ਬੈਬਲ ਕਾਂਡ ਗੋਲੀ ਕਾਂਡ ਜਿਹੜਾ ਹੋਇਆ ਔਰ ਉਸ ਤੋਂ ਬਾਅਦ ਜਿਹੜੀਆਂ ਸਜ਼ਾਵਾਂ ਦੇਣੀਆਂ ਸੀ ਇਹਨਾਂ ਦਾ ਫਰਜ਼ ਬੰਦਾ ਸੀਗਾ ਉਸ 10 ਸਾਲਾਂ ਦੀ ਗਵਰਨਮੈਂਟ ਦੇ ਵਿੱਚ ਉਹ ਸਜ਼ਾਵਾਂ ਨਾ ਦੇ ਕੇ ਜਿਹੜੀ ਹੈ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਹਿਰਦੇ ਬਲੁੰਦੇਰੇ ਗਏ ਨੇ ਔਰ ਉਹਦੇ ਕਾਰਨ ਕੀ ਹੋਇਆ ਉਹਦਾ ਨਤੀਜਾ ਇਹ ਨਿਕਲਿਆ ਕਿ ਆਪਾਂ ਨੂੰ ਪਤਾ ਹੈ ਕਿ ਇਹ ਪਾਰਟੀ ਜਿਹੜੀ ਹੈਗੀ ਤੀਜੇ ਨੰਬਰ ਤੇ ਚਲੀ ਗਈ ਸੀਗੀ ਔਰ ਹੌਲੀ ਹੌਲੀ ਤਾਂ ਇਹਦੇ ਇੱਕ ਵਾਰੀ ਤਾਂ ਪੈਰ ਉਖੜ ਚੁੱਕੇ ਸੀਗੇ ਪਰ ਇਹ ਹੁਣ ਆਪਣੇ ਵੱਲੋਂ ਇਹ ਕੋਸ਼ਿਸ਼ ਇਹਨਾਂ ਦੀ ਇਹੀ ਹੈ ਕਿ ਕਾਂਗਰਸ ਤੇ ਅਟੈਕ ਕਰਕੇ ਅਸੀਂ ਨਵੇਂ ਸਿਰੇ ਤੋਂ ਆਪਣੇ ਆਪ ਨੂੰ ਪੈਰਾਂ ਸਿਰ ਖੜੇ ਕਰੀਏ ਬਾਦਲ ਸਾਹਿਬ ਜਿਹੜੇ ਖਾਸ ਤੌਰ ਤੇ ਜਿਹੜੇ ਛੋਟੇ ਸੁਖਵੀਰ ਬਾਦਲ ਜੀ ਨੇ ਉਹ ਕੋਸ਼ਿਸ਼ ਇਹ ਕਰ ਰਹੇ ਨੇ ਕਿ ਉਹ ਪੁਰਾਣੀਆਂ ਗੱਲਾਂ ਭੁੱਲ ਕੇ ਲੋਕ ਬਹਿਬਲ ਬਹਿਬਲ ਕਾਂਡ ਵਾਲੀ ਜਾਂ ਹੋਰ ਜਿਹੜੀ ਹੈ ਸਾਡੀਆਂ ਨਕਾਮੀਆਂ ਭੁੱਲ ਕੇ ਨਵੇਂ ਸਿਰੇ ਤੋਂ ਅਸੀਂ ਪੰਜਾਬ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਕੇ ਅਸੀਂ ਲੜਾਈ ਲੜ ਸਕੀਏ ਪਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਜਿਹੜੀ ਗੱਲ ਸਮਝ ਆਉਂਦੀ ਹੈ ਕਿ ਸੁਖਵੀਰ ਬਾਦਲ ਨੂੰ ਜਿਹੜੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹੋ ਬਹੁਤ ਹੀ ਉਹਨਾਂ ਨੂੰ ਆਪਣਾ ਪ੍ਰਧਾਨ ਮੰਨਣ ਨੂੰ ਅੰਦਰੋਂ ਤਿਆਰ ਨਹੀਂ ਹੈ ਉਹਨਾਂ ਦੀ ਕੋਟਰੀ ਹੈ ਜਿਹੜੀ ਹੈ ਕਿ ਮਜਬੂਰੀ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਮੰਨ ਰਹੇ ਨੇ ਔਰ ਜਿੰਨੀ ਦੇਰ ਵੱਡੇ ਬਾਦਲ ਸਾਹਿਬ ਬੈਠੇ ਨੇ ਓਨੀ ਦੇਰ ਹੋ ਸਕਦਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਨੂੰ ਮੰਨ ਲਿਆ ਜਾਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਜਿਵੇਂ ਤੁਸੀਂ ਲੀਰਾਂ ਦੀ ਗੱਲ ਕੀਤੀ ਹੈ ਇਹ ਲੀਰਾਂ ਇੱਕ ਲੀਰ ਨਹੀਂ ਮੈਨੂੰ ਲੱਗਦਾ ਹੈ ਕਿ ਇਹ ਲੀਰੋ ਲੀਰ ਹੀ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਕਿਉਂਕਿ ਵੱਡੇ ਬਾਦਲ ਸਾਹਿਬ ਦੀ ਸਿਹਤ ਅਲਾਉਣੀ ਹੋ ਰਹੀ ਹੈ ਉਹਨਾਂ ਨੂੰ ਜਾਣਬੁੱਝ ਕੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵੀ ਅਸੀਂ ਚੋਣ ਲੜਾਵਾਂਗੇ ਜਦੋਂ ਕਿ ਉਹ ਆਪ ਖੁਦ ਕਹਿ ਚੁੱਕੇ ਨੇ ਕਿ ਮੇਰੀ ਸਿਹਤ ਜਿਹੜੀ ਹੈਗੀ ਆ ਹੁਣ ਲਗਭਗ 100 ਸਾਲਾਂ ਨੂੰ ਉਹ ਟੁੱਕਣ ਵਾਲੇ ਨੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬਾਦਲ ਸਾਹਿਬ ਲਈ ਬਹੁਤ ਵੱਡਾ ਐਸ ਵੜੇ ਸੁਖਬੀਰ ਬਾਦਲ ਲਈ ਚੈਲੰਜ ਹੈ ਕਿ ਸਾਰੀ ਲੀਡਰਸ਼ਿਪ ਨੂੰ ਕਿਵੇਂ ਇਕੱਠਾ ਰੱਖਿਆ ਜਾ ਸਕੇ ਔਰ ਜੇ ਉਹ ਇਕੱਠੇ ਨਹੀਂ ਲਾਂਦੇ ਤਾਂ ਇਹ ਜਿਹੜਾ ਸਮਾਂ ਆਏਗਾ ਆਉਣ ਵਾਲਾ ਸਮਾਂ ਇਹ ਪਾਟੋ ਤੜ ਕਾਲੀ ਦਲ ਦਾ ਸਮਾਂ ਹੋਏਗਾ ਔਰ ਇਹਦੇ ਵਿੱਚ ਜਿਹੜੀਆਂ ਮਾੜੀਆਂ ਮੋਟੀਆਂ ਕਿਸੇ ਵੇਲੇ ਇਹਨਾਂ ਨੇ ਤੀਜੇ ਨੰਬਰ ਤੇ ਆ ਕੇ ਸੀਟਾਂ ਜਿੱਤੀਆਂ ਸੀਗੀਆਂ ਹੋ ਸਕਦਾ ਹੈ ਕਿ ਉਹ ਵੀ ਜ਼ਮੀਨ ਇਹਨਾਂ ਦੀ ਖਿਸਕ ਜਾਏ ਕਿਉਂਕਿ ਇਹ ਜਿਹੜਾ ਹੈਗਾ ਲੋਕ ਅ ਇਸ ਵੇਲੇ ਜਿਹੜਾ ਕਿਸਾਨੀ ਉੱਤੇ ਇਹਨਾਂ ਨੇ ਫੈਸਲਾ ਲਿਆ ਸੀਗਾ ਖਾਸ ਤੌਰ ਤੇ ਕਿਉਂਕਿ ਕਿਸਾਨੀਆਂ ਦੇ ਸੰਘਰਸ਼ਾਂ ਦਾ ਦੌਰ ਹੈ ਇਹ ਕਿਸਾਨੀ ਕਦੇ ਵੀ ਉਹ ਜਿਹੜਾ ਦੌਰ ਨੂੰ ਨਹੀਂ ਭੁੱਲੇਗੀ ਜਦੋਂ ਭਾਜਪਾ ਨਾਲ ਰਲ ਕੇ ਬੀਬਾ ਹਰ ਹਰ ਸਿਮਰਤ ਬਾਦਲ ਹੋਰਾਂ ਨੇ ਜਿਹੜੇ ਸਾਈਨ ਉਹਨਾਂ ਦੇ ਹੋਏ ਹੋਏ ਨੇ ਬਕਾਇਦਾ ਤੌਰ ਤੇ ਔਰ ਉਹ ਸਾਰੀਆਂ ਵੀਡੀਓਜ਼ ਅੱਜ ਵੀ ਲੋਕਾਂ ਦੇ ਵਿੱਚ ਵਾਇਰਲ ਹੋ ਚੁੱਕੀਆਂ ਨੇ ਔਰ ਖਾਸ ਤੌਰ ਤੇ ਵੱਡੇ ਬਾਦਲ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ ਕਿ ਇਹ ਸਾਰੇ ਕਾਨੂੰਨ ਜਿਹੜੇ ਨੇ ਇਹ ਤਾਂ ਕਿਸਾਨਾਂ ਦੇ ਤਾਂ ਬਹੁਤ ਫਾਇਦੇਮੰਦ ਨੇ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਨਹੀਂ ਇਦਾਂ ਦੇ ਸੰਘਰਸ਼ ਕਰਨੇ ਚਾਹੀਦੇ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ ਕਿ ਕਿਸਾਨਾਂ ਦੇ ਔਰ ਪੰਜਾਬ ਦੇ ਇਹ ਪੱਖ ਵਿੱਚ ਨਹੀਂ ਜਾਂਦੀਆਂ ਸੋ ਉਹ ਚੀਜ਼ਾਂ ਜਦੋਂ ਅੱਗੇ ਆਉਣ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿਸਾਨਾਂ ਦੇ ਔਰ ਕਾਲੀ ਦਲ ਦੇ ਲਈ ਇਹ ਮੈਨੂੰ ਲੱਗਦਾ ਹੈ ਕਿ ਖਤਰੇ ਦੀ ਘੰਟੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹੋਏਗਾ ਸਮਾਂ ਜਿਵੇਂ ਮੈਂ ਇੱਕ ਕਮੈਂਟ ਤੋਂ ਅੱਗੇ ਲਵਾਂਗੇ ਕਿ ਹਰਿਆਣਾ ਵਿਧਾਨ ਸਭਾ ਤੇ ਜਿਹੜੇ ਉੱਥੇ ਕਾਫੀ ਹੰਗਾਮਾ ਹੋਇਆ ਸੀ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਬਾਹਰ ਅਕਾਲੀ ਵਿਧਾਇਕਾਂ ਨੇ 9 ਅਕਾਲੀ ਵਿਧਾਇਕਾਂ ਨੇ ਮਜੀਠੀਆ ਤੇ ਪਲਸ 4 ਨਾਲ ਸੀਗੇ ਇਹਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਣਾਂ ਦਾ ਵਿਰੋਧ ਕੀਤਾ ਸੀ ਇਥੇ ਘਰਾਓ ਕੀਤਾ ਸੀ ਕਾਲੀਆਂ ਝੰਡੀਆਂ ਵਖਾਈਆਂ ਸੀ ਪਰਚਾ ਦਰਜ ਹੋ ਗਿਆ ਜੀ ਕਿਧਰ ਨੂੰ ਜਾ ਰਹੀ ਹੈ ਸਿਆਸਤ ਇਹ ਵਾਲੀ ਦੇਖੋ ਹਰਿਆਣੇ ਦੇ ਵਿੱਚ ਕੀ ਹੈ ਕਿ ਹਰਿਆਣੇ ਦੇ ਵਿੱਚ ਕਿਉਂਕਿ ਬੀਜੇਪੀ ਸਰਕਾਰ ਹੈ ਔਰ ਅਕਾਲੀ ਦਲ ਬੀਜੇਪੀ ਨੂੰ ਤੋੜ ਬਿਛੋੜਾ ਦੇ ਚੁੱਕਿਆ ਤੇ ਇਸ ਕਰਕੇ ਹੁਣ ਉਹ ਜਿਹੜਾ ਪਹਿਲਾਂ ਇਹ ਫਰੈਂਡਲੀ ਮੈਚ ਖੇਡਦੇ ਹੁੰਦੇ ਸੀਗੇ ਪਿਛਲੇ ਲੰਬੇ ਸਮੇਂ ਤੋਂ ਲਗਭਗ 26 ਸਾਲਾਂ ਤੋਂ ਦੋਨੋਂ ਧਿਰਾਂ ਜਿਹੜੀਆਂ ਨੇ ਚਾਹੇ ਉਹ ਹਰਿਆਣੇ ਦੀ ਬੀਜੇਪੀ ਹੋਵੇ ਜਾਂ ਸਾਡੇ ਅਕਾਲੀ ਦਲ ਹੋਣ ਇਹਨਾਂ ਨੇ ਇੱਕ ਫ੍ਰੈਂਡਲੀ ਮੈਚ ਖੇਡਣ ਦੀ ਜਿਹੜੀ ਹੈਗੀ ਹੈ ਪ੍ਰਤਪਾਈ ਸੀਗੀ ਲਗਭਗ ਉਸੇ ਤਰ੍ਹਾਂ ਦਾ ਇੱਕ ਫ੍ਰੈਂਡਲੀ ਮੈਚ ਇਹ ਹਰਿਆਣੇ ਦੇ ਵਿੱਚ ਖੇਡਣ ਜਾ ਰਹੇ ਨੇ ਸੋ ਇਸ ਕਰਕੇ ਹੋਣਾ ਹੋਣਾ ਕੁਝ ਨਹੀਂ ਹੈ ਕੇਸ ਬਣ ਜਾਣਗੇ ਕੇਸ ਚੱਲਦੇ ਰਹਿਣਗੇ ਪਰ ਇੱਕ ਆਪਣੇ ਵੱਲੋਂ ਜਿਹੜੀ ਹਰਿਆਣੇ ਦੀ ਭਾਜਪਾ ਸਰਕਾਰ ਨੇ ਇੱਕ ਇਹ ਜੈਸਚਰ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਵਿੱਚ ਜੇ ਕੋਈ ਸਾਨੂੰ ਸਾਡਾ ਕੋਈ ਵਿਰੋਧ ਕਰੇਗਾ ਜੇ ਕੋਈ ਪਾਰਟੀ ਤਾਂ ਅਸੀਂ ਉਹਨਾਂ ਨੂੰ ਆਪਣੇ ਜਿਹੜੀ ਹੈਗੀ ਹੈ ਸੱਤਾ ਦਾ ਫਾਇਦਾ ਉਠਾ ਕੇ ਉਹਨਾਂ ਦੇ ਉੱਤੇ ਕੇਸ ਦਰਜ ਅਸੀਂ ਕਰ ਦੇਵਾਂਗੇ ਇੱਕ ਕਿਸਮ ਦੀ ਉੱਥੋਂ ਦੇ ਕਿਸਾਨਾਂ ਨੂੰ ਜਾਂ ਉੱਥੋਂ ਦੇ ਕਿਸਾਨ ਲੀਡਰਾਂ ਨੂੰ ਨਾਲ ਇੱਕ ਡਰਾਉਨ ਦੀ ਕੋਸ਼ਿਸ਼ ਵੀ ਹੈ ਸੋ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈ ਅਕਾਲੀ ਦਲ ਜਿਹੜਾ ਹੈਗਾ ਆਪਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੂੰ ਚਾਹੀਦਾ ਤਾਂ ਇਹ ਸੀਗਾ ਕੇ ਬਜਾਏ ਉਹ ਖੱਟਰ ਸਾਹਿਬ ਨੂੰ ਘੇਰ ਦੇ ਜਾਂ ਉਹਨਾਂ ਨੂੰ ਮੋਦੀ ਸਾਹਿਬ ਨੂੰ ਘੇਰਨ ਦੀ ਲੋੜ ਹੈ ਐਸ ਵੇਲੇ ਜਿਹੜਾ ਉਹ ਬਾਰ ਬਾਰ ਕੋਸ਼ਿਸ਼ ਕਰਦੇ ਨੇ ਕਿ ਦੇ ਰਾਜਪਾਲ ਨੂੰ ਘੇਰ ਲੋ ਜਾਂ ਖੱਟਰ ਸਰਕਾਰ ਨੂੰ ਘੇਰ ਲੋ ਉਹਨਾਂ ਨੂੰ ਚਾਹੀਦਾ ਇਹ ਹੈ ਕਿ ਉਹ ਕਿਉਂ ਨਹੀਂ ਮੋਦੀ ਦੇ ਜਿਹੜੇ ਸੈਂਟਰ ਗਵਰਨਮੈਂਟ ਹੈ ਜਿਨ੍ਹਾਂ ਨੇ ਕਾਨੂੰਨ ਬਣਾਏ ਨੇ ਇਹ ਉਹ ਤਾਂ ਹੁਣ ਸੈਕੰਡਰੀ ਨੇ ਜਿਹੜੇ ਹੁਣ ਮੰਨ ਲਓ ਖੱਟਰ ਸਾਹਿਬ ਦਾ ਵਿਚਾਰਿਆਂ ਦਾ ਕੀ ਉਹਨਾਂ ਦਾ ਕੋਈ ਰੋਲ ਤਾਂ ਹੈ ਨਹੀਂ ਹੈ ਸੋ ਜਿੰਨਾ ਦਾ ਰੋਲ ਹੈ ਜਿੰਨਾਂ ਦੇ ਨਾਲ ਉਹਨਾਂ ਦੀ ਸਾਂਝ ਰਹੀ ਹੈ ਖਾਸ ਤੌਰ ਤੇ ਵਜ਼ੀਰੀ ਦੀ ਸਾਂਝ ਰਹੀ ਹੈ ਜਿਹਦੇ ਨਾਲ ਪਾਰਟੀ ਨਾਲ ਮਿਲ ਕੇ ਉਹ ਲਗਾਤਾਰ ਪਿਛਲਾ ਲੰਮਾ ਸਮਾਂ ਉਹਨਾਂ ਨੇ ਵਜ਼ੀਰੀਆਂ ਸਾਂਝੀਆਂ ਕੀਤੀਆਂ ਨੇ ਉਸ ਗਵਰਨਮੈਂਟ ਦੇ ਖਿਲਾਫ ਉਹਨਾਂ ਨੂੰ ਆਪਣਾ ਸੰਘਰਸ਼ ਤੇਜ਼ ਕਰਨਾ ਚਾਹੀਦਾ ਫਿਰ ਤਾਂ ਗੱਲ ਸਮਝ ਆਉਂਦੀ ਹੈ ਜੇ ਉਹ ਰਾਜਪਾਲ ਦਾ ਕਦੇ ਕਰੋ ਕਰਦੇ ਆ ਕਦੇ ਉਹ ਖੱਟਰ ਸਰਕਾਰ ਦਾ ਕਰਦੇ ਆ ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਦੇ ਵਿੱਚ ਉਹ ਕੀ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਆ ਸੋ ਇਸ ਕਰਕੇ ਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਹ ਉਹ ਇੱਕ ਐਕਸਪੋਜ਼ ਹੋ ਚੁੱਕੀ ਸਿਆਸਤ ਹੈ ਉਹ ਕੋਈ ਬਹੁਤਾ ਉਹਦੇ ਨਾਲ ਲੋਕਾਂ ਦਾ ਫਾਇਦਾ ਹੋਏਗਾ ਜਾਂ ਕਿਸਾਨਾਂ ਦਾ ਫਾਇਦਾ ਹੋਏਗਾ ਇਦਾਂ ਦੀ ਪੋਲਿਟਿਕਸ ਦੇ ਨਾਲ ਇਦਾਂ ਦੇ ਵਿਰੋਧ ਦੇ ਨਾਲ ਉਹ ਮੈਨੂੰ ਇਹਦੇ ਚੋਂ ਨਜ਼ਰ ਨਹੀਂ ਆ ਰਿਹਾ ਇੱਕ ਡਰਾਮੇਬਾਜ਼ੀ ਜ਼ਰੂਰ ਨਜ਼ਰ ਆ ਰਹੀ ਹੈ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਦਾ ਜਿਹੜਾ ਘਰਾਓ ਕਰਨਾ ਚਾਹੀਦਾ ਹੈ ਮੋਦੀ ਦਾ ਕਰਨਾ ਚਾਹੀਦਾ ਹੈ ਸ਼ਾਹ ਦਾ ਕਰਨਾ ਚਾਹੀਦਾ ਹੈ ਪਰ ਦੇਖਣ ਵਾਲੀ ਗੱਲ ਤਾਂ ਪਿਛਲੇ ਸਮੇਂ ਦੌਰਾਨ ਹੀ ਆਈ ਹੈ ਕਿ ਗਿੱਦੜਵਾਹ ਦੇ ਬਧਾਇਆ ਕਿ ਜਿਹੜੇ ਨੇ ਰਾਜਾ ਵੜਿੰਗ ਨੇ ਤਾਂ ਇੱਕ ਚਿੱਠੀ ਵੀ ਲਿਖ ਦਿੱਤੀ ਹੈ ਕਿ ਸਰਕਾਰ ਦੇ ਵਿੱਚ ਰਹਿੰਦੇ ਹੋਏ ਜਿਹੜੇ ਜਦੋਂ ਮੰਤਰੀ ਸੀਗੇ ਆਪਣੇ ਹਰਸੀਮਰਤ ਕੌਰ ਬਾਦਲ ਉਹ ਅੱਜ ਵੀ ਜਿਹੜੀਆਂ ਸੁਭਾਵਾਵਾਂ ਉਹ ਹੀ ਲੈ ਰਹੇ ਨੇ ਕੋਠੀ ਉਹਨਾਂ ਕੋਲੇ ਹੈਗੀ ਹੈ ਸਿਕਿਉਰਿਟੀ ਉਹਨਾਂ ਕੋਲੇ ਹੈਗੀ ਹੈ ਤੇ ਖਾਲੀ ਕਰਾਇਆ ਜਾਵੇ ਤੁਸੀਂ ਪ੍ਰਿਆੰਕਾ ਗਾਂਧੀ ਤੋ ਤਾਂ ਖਾਲੀ ਕਰਵਾਤਾ ਅਸੀਂ ਸਾਹ ਜਿਹੜੀ ਹਲੇ ਵੀ ਬਣੀ ਹੋਈ ਆ ਆਪਾਂ ਕਿਵੇਂ ਕਹਿ ਸਕਦਾ ਵੀ ਇਹਨਾਂ ਨੂੰ ਕਰਾਇਆ ਜਾਵੇ ਤੇ ਦੂਜੇ ਪਾਸੇ ਜਿਹੜਾ ਉਹ ਜੇਕਰ ਆਪਾਂ ਦਿੱਲੀ ਦੇ ਉਹਨਾਂ ਦੀ ਗੱਲ ਕਰਦੇ ਆ ਮੁੱਖ ਮੰਤਰੀ ਦੀ ਗੱਲ ਕਰਦੇ ਆ ਕੇਜਰੀਵਾਲ ਦੀ ਤੇ ਉਹਨਾਂ ਤੋਂ ਜਿਹੜਾ ਸਾਰਾ ਕੁਝ ਖੋਣ ਦੀ ਤਿਆਰੀ ਕੀਤੀ ਜਾਵੇ ਸਿਰਫ ਨਾਮ ਦੇ ਹੀ ਮੁੱਖ ਮੰਤਰੀ ਰਹਿ ਜਾਣਗੇ ਉਹਨਾਂ ਦੇ ਤਾਂ ਸ਼ਕਤੀਆਂ ਦਾ ਸਾਰੀਆਂ ਖੋਈਆਂ ਜਾਣੀਆਂ ਉਹਨਾਂ ਤੋਂ ਸੋ ਮੈਂ ਇਹੀ ਕਹਿ ਰਿਹਾ ਕਿ ਇੱਕੋ ਮੁਲਕ ਦੇ ਵਿੱਚ ਵੱਖ-ਵੱਖ ਸਟੇਟਾਂ ਦੀਆਂ ਜਿਹੜੀਆਂ ਗਵਰਨਮੈਂਟਸ ਨੇ ਉਨ੍ਹਾਂ ਨਾਲ ਇਦਾਂ ਦਾ ਵਿਤਕਰਾ ਕਿਉਂ ਕਿਉਂ ਸਰਕਾਰ ਤੁਹਾਡੀ ਇੱਕ ਜਿਹੜੀ ਹੈਗੀ ਹੈ ਸੈਂਟਰ ਦੀ ਹੈ ਔਰ ਸੰਵਿਧਾਨ ਸਾਡਾ ਇੱਕ ਹੈ ਠੀਕ ਹੈ ਨਾ ਔਰ ਉਹੀ ਸਰਕਾਰ ਸੈਂਟਰ ਦੀ ਜਿਹੜੀ ਹੈਗੀ ਹੈ ਉਹਦੇ ਲਈ ਕਿਸੇ ਹੋਰ ਸਟੇਟ ਲਈ ਹੋਰ ਨਿਯਮ ਲਾਗੂ ਹੁੰਦੇ ਨੇ ਦਿੱਲੀ ਲਈ ਕਿਤੇ ਹੋਰ ਨਿਯਮ ਲਾਗੂ ਹੋ ਜਾਂਦੇ ਨੇ ਸੋ ਇਸੇ ਕਰਕੇ ਇਸੇ ਤਰ੍ਹਾਂ ਸੰਵਿਧਾਨ ਇੱਕੋ ਹੋਣ ਕਰਕੇ ਜੇ ਆਪਾਂ ਇੱਕ ਸੰਵਿਧਾਨ ਔਰ ਇੱਕ ਮੁਲਕ ਦੇ ਵਿੱਚ ਜਿਹੜੀਆਂ ਵੱਖ-ਵੱਖ ਰਾਜਾਂ ਨੂੰ ਜੋ ਅਧਿਕਾਰ ਦਿੱਤੇ ਗਏ ਨੇ ਸਵਿਧਾਨ ਦੇ ਵਿੱਚ ਉਹ ਜੇ ਲਾਗੂ ਨਹੀਂ ਹੋਣਗੇ ਔਰ ਉਹਨਾਂ ਸਵਿਧਾਨ ਦੇ ਵਿੱਚ ਉਹ ਤਰਮੀਮ ਕੀਤੀ ਜਾਏਗੀ ਉਹਨਾਂ ਨੂੰ ਚੇਂਜ ਕੀਤਾ ਜਾਏਗਾ ਉਹਨਾਂ ਨੂੰ ਬਦਲਿਆ ਜਾਏਗਾ ਤਾਂ لازمی ਤੌਰ ਤੇ ਜਿਹੜਾ ਫੈਡਰਲਿਜ਼ਮ ਹੈ ਜਿਹੜੀ ਵਾ ਸ਼ੁਰੂ ਚ ਗੱਲ ਕੀਤੀ ਸੀ ਕਿ ਕੇਂਦਰ ਸਰਕਾਰ ਆਪਣੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰੇਗੀ ਔਰ ਉਹੀ ਹਾਲ ਜੋ ਪੰਜਾਬ ਚ ਜਾਂ ਬਾਕੀ ਸੂਬਿਆਂ ਨਾਲ ਹੋ ਰਿਹਾ ਹੈ ਉਹੀ ਹਾਲ ਉਹ ਦਿੱਲੀ ਦੇ ਵਿੱਚ ਕਰ ਰਹੀ ਹੈ ਸੋ ਜਿਹੜਾ ਇਹ ਕੇਂਦਰੀਕਰਨ ਹੈ ਸੰਗੀ ਢਾਂਚੇ ਨੂੰ ਤੋੜਨਾ ਹੈ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਲਈ ਲੋਕਤੰਤਰ ਲਈ ਇੱਕ ਬਹੁਤ ਵੱਡਾ ਖਤਰਾ ਮੈਨੂੰ ਨਜ਼ਰ ਆ ਰਿਹਾ ਔਰ ਜੇ ਇਹ ਇਹ ਚੱਲਦਾ ਰਿਹਾ ਤਾਂ ਜਿਵੇਂ 1975 ਦੇ ਵਿੱਚ ਇੰਦਰਾ ਜੀ ਨੇ ਐਮਰਜੈਂਸੀ ਲਾਈ ਸੀ ਲਗਭਗ ਐਮਰਜੈਂਸੀ ਵਾਲੇ ਹਾਲਾਤ ਜਿਹੜੇ ਨੇ ਉਹ ਹਿੰਦੁਸਤਾਨ ਦੇ ਵਿੱਚ ਬਣ ਚੁੱਕੇ ਨੇ ਸੋ ਇਹ ਗਵਰਨਮੈਂਟ ਨੂੰ ਖਾਸ ਤੌਰ ਤੇ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਉਹਨੂੰ ਸਾਡੇ ਸੰਵਿਧਾਨ ਦਾ ਸਤਕਾਰ ਕਰਨਾ ਚਾਹੀਦਾ ਹੈ ਔਰ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਔਰ ਜਿਹੜਾ ਕੇਂਦਰੀਕਰਨ ਸ਼ਕਤੀਆਂ ਦਾ ਹੈ ਉਹਦੀ ਬਜਾਏ ਜਿਹੜਾ ਰਾਜਾਂ ਨੂੰ ਵਰਤੋਬਾਦ ਅਧਿਕਾਰ ਜਿਹੜੇ ਨੇ ਉਹ ਮਿਲਨੇ ਚਾਹੀਦੇ ਨੇ ਤਾਂ ਹੀ ਸਾਡਾ ਲੋਕਤੰਤਰ ਜਿਹੜਾ ਹੈਗਾ ਲੰਮਾ ਸਮਾਂ ਬਚ ਸਕਦਾ ਹੈ ਨਹੀਂ ਤਾਂ ਇਸ ਲੋਕਤੰਤਰ ਦੇ ਵਿੱਚ ਜਿਵੇਂ 75 ਦੇ ਵਿੱਚ ਐਮਰਜੈਂਸੀ ਦੇ ਦੌਰਾਨ ਵੱਡਾ ਸੰਕਟ ਆ ਗਿਆ ਸੀਗਾ ਉਸੇ ਤਰ੍ਹਾਂ ਦਾ ਸੰਕਟ ਅਸੀਂ ਹੁਣ ਆਹ ਜਿਹੜਾ ਸਾਡਾ ਭੁੱਖਾ ਇਹਦੇ ਵਿੱਚ ਦੇਖ ਰਹੇ ਹਾਂ ਸੋ ਇਹਦੇ ਤੋਂ ਬਚਣ ਦੀ ਲੋੜ ਹੈ ਡਾਕਟਰ ਜੀ ਤੁਹਾਡਾ ਨਿਊਸੀਆਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਉਮੀਦ ਕਰਦੇ ਆਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਮਿਲਾਂਗੇ ਬਹੁਤ ਸ਼ੁਕਰੀਆ ਜੀ ਜਰੂਰ ਜਰੂਰ ਸਾਡੀ ਖੁਸ਼ਕਿਸਮਤੀ ਹੋਵੇਗੀ ਤੁਸੀਂ ਸਾਡੇ ਨਾਲ ਅੱਗੇ ਇਸ ਤਰ੍ਹਾਂ ਬਣੇ ਰਹੋਗੇ ਸੋ ਇਸਨ ਡਾਕਟਰ ਭੀਮੇਂਦਰ ਜਿਨ੍ਹਾਂ ਨੇ ਸਿਆਸਤ ਦੇ ਉੱਤੇ ਬੜੀ ਡੂੰਗੀ ਨਜ਼ਰ ਮਾਰੀ ਹੈ ਬੜੇ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਸਾਡੇ ਆਲੇ-ਦੋਲੇ ਸਿਆਸੀ ਘਟਨਾਵਾਂ ਘਟ ਰਹੀਆਂ ਨੇ ਸਿਆਸਤ ਦੇ ਉੱਤੇ ਕੀ ਪ੍ਰਭਾਵ ਪੈਣ ਜਾ ਰਿਹਾ ਹੈ ਸਮਾਜਿਕ ਗਲਿਆਰਿਆਂ ਦੇ ਵਿੱਚ ਕੀ ਪ੍ਰਭਾਵ ਪੈਣ ਜਾ ਰਿਹਾ ਹੈ ਸਾਡੀ ਆਮ ਜ਼ਿੰਦਗੀ ਜਿਹੜੀ ਹੈ ਇਸ ਨਾਲ ਕਿਸ ਤਰ੍ਹਾਂ ਪ੍ਰਭਾਵਿਤ ਹੋਏ ਇਸ ਤੋਂ ਇਲਾਵਾ ਕੁਝ ਖਬਰਾਂ ਹੋਰ ਵੀ ਸੀਗੀਆਂ ਜਿਹੜੇ ਸਮੇਂ ਦੀ ਘਾਟ ਕਰਨ ਜਿਹੜਾ ਅਸੀਂ ਉਹਨਾਂ ਨੂੰ ਨਹੀਂ ਲੈ ਪਾ ਰਹੇ ਜਿਸ ਤਰ੍ਹਾਂ ਬੇਬਲ ਕਲਾਂ ਗੋਲੀकांड ਦੇ ਵਿੱਚ ਜਿਹੜਾ ਉਹ ਸਾਰੀ ਜਾਂਚ ਮੁਕੰਮਲ ਹੋ ਗਈ ਹੈ ਤੇ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਸਾਰੀ ਸਾਜ਼ਿਸ਼ ਜਿਹੜੀ ਸੀ ਗੋਲੀकांड ਦੀ ਉਹ ਉਦੋਂ ਰਚੀ ਗਈ ਸੀ ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ ਜਿਹੜਾ ਮਾਫੀ ਦਿੱਤੀ ਗਈ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਸਾਜ਼ਿ ਰਚੀ ਗਈ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕੈਪਟਨ ਮਨਿੰਦਰ ਸਿੰਘ ਨੇ ਸਿਸਵਾਂ ਫਾਉਂਡ ਜਿਹੜਾ ਲਾਂਚ ਦੇ ਉੱਤੇ ਸੱਦਿਆ ਸੀਗਾ ਤੇ ਕੱਲ ਕਿਹਾ ਜਾ ਰਿਹਾ ਕਿ ਪੱਤਰਕਾਰ ਸਮੀਲਨ ਵੀ ਕੀਤਾ ਜਾ ਰਿਹਾ ਹੈ ਇਸ ਸੰਬੰਧ ਵਿੱਚ ਵੱਡਾ ਜਿਹੜਾ ਹਲਚਲ ਮਚੇਗੀ ਜੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਏਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇਹੀ ਕੈਪਟਨ ਮਨਿੰਦਰ ਸਿੰਘ ਉਹਨਾਂ ਨੇ ਜਿਹੜਾ ਇੱਕ ਸਜ਼ਾ ਦੇ ਤੌਰ ਦੇ ਉੱਤੇ ਉਹਨਾਂ ਕੋਲੋਂ ਵਾਪਸ ਲੈ ਲਿਆ ਸੀਗਾ ਮਹਿਕਮਾ ਦਾ ਸਥ ਉਹ ਦੇਖਣ ਵਾਲੀ ਗੱਲ ਹੋਏਗੀ ਕਿ ਨਵਜੋਤ ਸਿੰਘ ਸਿੱਧੂ ਕਿਹੜੀ ਗੱਲ ਦੇ ਉੱਤੇ ਮੰਨਦੇ ਨੇ ਤੇ ਕੀ ਜਿਹੜੀ ਗੱਲ ਦੇ ਉੱਤੇ ਨਵਜੋਤ ਸਿੰਘ ਸਿੱਧੂ ਮੰਨ ਜਾਂਦੇ ਨੇ ਤੇ ਕੀ ਉਹ ਗੱਲ ਮੰਨੇ ਹੋਏ ਉਸ ਗੱਲ ਨੂੰ ਜਨਤਾ ਸਵੀਕਾਰ ਕਰੇਗੀ ਜਾਂ ਨਹੀਂ ਕਰੇਗੀ ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਆਪਣੀ رائے ਸਾਨੂੰ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ